ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚੋਟੀਆਂ। ਚੋਟੀਆਂ ਪਿੰਡ ਦੋਸਤੋ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗੇ ਦਾ ਪਿੰਡ, ਫਤਿਹਗੜ੍ਹ ਪਜਤੂਰ। ਤਕਰੀਬਨ ਕੋਈ 1 ਕਿਲੋਮੀਟਰ ਦੀ ਦੂਰੀ 'ਤੇ ਆ ਮੇਨ ਨਿਸ਼ਾਨੀ ਸ਼ਾਹ ਬੋਕਰ, ਜਿਹੜਾ ਦੋਸਤੋ ਥੋੜ੍ਹੀ ਦੂਰੀ 'ਤੇ ਹੈਗਾ। ਠੀਕ ਆ, ਇੱਕ ਚੋਟੀਆਂ ਕਲਾਂ ਦੋਸਤੋ ਪਿੰਡ ਤਲਵੰਡੀ ਭਾਈ ਦੇ ਬਿਲਕੁਲ ਨੇੜੇ ਆ। ਸੋ ਉਹ ਚੋਟੀਆਂ ਕਲਾਂ ਪਿੰਡ ਦੀ ਗੱਲ ਨਹੀਂ ਕਰਦੇ ਆਪਾਂ, ਬਿਲਕੁਲ ਚੋਟੀਆਂ ਪਿੰਡ ਜਿਹੜਾ ਬਿਲਕੁਲ ਫਤਿਹਗੜ੍ਹ ਪਜਤੂਰ ਅਤੇ 5-6 ਕਿਲੋਮੀਟਰ ਜੋਗੇ ਵਾਲਾ ਹੈਗਾ ਦੋਸਤੋ। ਅਤੇ ਮਖੂ ਸ਼ਹਿਰ ਦੀ ਦੂਰੀ ਕੋਈ 15 ਕਿਲੋਮੀਟਰ ਦੀ ਹੈ। ਠੀਕ ਆ, ਅਤੇ ਜੀਰਾ ਵੀ ਤਕਰੀਬਨ ਕੋਈ 15 ਕਿਲੋਮੀਟਰ 'ਤੇ ਆ ਜਾਂਦਾ। ਅਤੇ ਵੀਰ ਸੋਨੂੰ ਦੇ ਕੋਲ ਆਏ ਹਾਂ ਦੋਸਤੋ। ਠੀਕ ਆ, ਪਸ਼ੂ ਵਪਾਰ ਦਾ ਕੰਮ ਆ ਵੀਰ ਦਾ। ਸੋ ਪਸ਼ੂ ਅੱਜ ਤੁਹਾਨੂੰ ਘੱਟੋ ਘੱਟ ਵੀ 8-9 ਨਗ ਜਿਹੜੇ ਘੱਟੋ ਘੱਟ ਦਿਖਾ ਦਾਂਗੇ, ਜਿਨ੍ਹਾਂ ਦੇ ਵਿੱਚੋਂ ਸੋਏ ਸਵਾਏ ਨਗ ਵੀ ਆ, ਗੱਬਣ ਵੀ ਪਸ਼ੂ ਹੋਣਗੇ। ਸੋ ਹਰ ਤਰ੍ਹਾਂ ਦੀ ਵਰਾਇਟੀ ਜਿਹੜੀ ਹੈਗੀ ਆ, ਆਲਮੋਸਟ ਜਿੰਨੇ ਵੀ ਹੈਗੇ ਸਾਰੇ ਸੋਏ ਸਵਾਏ ਆ। ਠੀਕ ਆ, ਤਾਜ਼ੀਆਂ ਸੂਈਆਂ ਮੱਝਾਂ ਝੋਟੀਆਂ ਨੇ। ਆਓ ਲੈਂਦੇ ਹਾਂ ਡਿਟੇਲ ਵੀਰ ਸੋਨੂੰ ਤੋਂ, ਪੁੱਛ ਲੈਂਦੇ ਹਾਂ ਇਕੱਲੇ ਇਕੱਲੇ ਪਸ਼ੂ ਦੀ ਇਨਫੋਰਮੇਸ਼ਨ। ਸਭ ਤੋਂ ਪਹਿਲਾਂ ਵੀਰ ਸੋਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਹੋਰ ਠੀਕ ਠਾਕ ਜੀ? ਬੜੇ ਵਧੀਆ ਵੀਰੇ, ਆਪਦੇ ਸੁਣਾਓ? ਹਾਂ ਵਧੀਆ, ਕਿਰਪਾ ਗੁਰੂ ਰਾਮਦਾਸ ਦੀ। ਠੀਕ ਆ, ਹਾਂਜੀ। ਅੱਛਾ ਸੋਨੂੰ ਵੀਰੇ, ਇੱਕ ਤਾਂ ਆਪਣੇ ਨੰਬਰ ਜਿਹੜੇ ਆ ਭੈਣ ਭਰਾਵਾਂ ਨਾਲ ਸਟਾਰਟਿੰਗ ਤੋਂ ਜ਼ਰੂਰ ਸਾਂਝੇ ਕਰ ਦਈਏ। 98-569-1767, 99-150-16-213। ਠੀਕ ਹੈ ਵੀਰੇ। ਅੱਛਾ ਸੋਨੂੰ ਵੀਰੇ, ਪਸ਼ੂ ਅੱਜ ਕਿੰਨੇ ਪਕਾਊਗਾ? 7 ਹੈ ਜੀ, 7 ਸੂਈਆਂ। 7 ਤੇ 7 ਸੂਈਆਂ? ਹਾਂ, ਪਹਿਲਾਂ ਦੂਜੀਆਂ ਝੋਟੀਆਂ। ਪਹਿਲਾਂ ਤੇ ਦੂਜਣਾ? ਹਾਂ, ਕੋਈ ਦੂਜੇ ਸੂਏ ਵੀ ਹੈਗੀਆਂ। ਤੀਜੇ ਸੂਏ ਵੀ ਇੱਕ? ਤੀਜੇ ਸੂਬੇ ਵੀ ਹੈਗੀਆਂ ਦੋਸਤੋ, ਪਹਿਲਾਂ ਦੂਜਣਾ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਅੱਜ। ਤੀਜੇ ਸੂਬੇ ਵੀ ਮੱਝ ਹੋਵੇਗੀ, ਜਿਵੇਂ ਜਿਵੇਂ ਅੱਗੇ ਬਿਲਕੁਲ ਸਟੈਪ ਬਾਏ ਸਟੈਪ ਆਪਾਂ ਜਾਣਕਾਰੀ ਸਾਂਝੀ ਕਰਦੇ ਜਾਵਾਂਗੇ ਤੁਹਾਡੇ ਨਾਲ। ਅੱਛਾ ਸੋਨੂੰ ਵੀਰੇ, ਪਹਿਲੇ ਨੰਬਰ ਤੋਂ ਕਿੱਥੋਂ ਸਟਾਰਟ ਕਰਦੇ ਆ? ਸੰਧੂ ਸਾਹਿਬ ਇੱਥੋਂ ਕਰੋ ਜੀ, ਲਿਓ ਜੀ, ਲਓ ਵੀ ਦੋਸਤੋ। 10 ਦਿਨਾਂ ਦੀ ਝੋਟੀ ਸੂਈ 12 ਕਿਲੋ ਦੁੱਧ ਤੋਲ ਵਾਲਾ, 12 ਟਾਈਮ ਹੀ ਝੋਲੇ ਕੋਈ। 10 ਦਿਨਾਂ ਦੀ ਸੂਈ 12 ਕਿਲੋ ਦੁੱਧ, 12 ਟਾਈਮ ਹੀ ਕੋਈ ਝੋਲੇ ਭਾਵੇਂ। ਲਓ ਜੀ, ਹਾਂ, 24 ਇੱਕ ਨੰਬਰ ਪੂਰ ਛਟਾਣਾ ਹੋਊਗਾ ਇਸ ਗੱਲ 'ਚ। ਅੱਛਾ ਜੀ, ਇੱਕ ਨੰਬਰ 24? ਹਾਂ, ਇੱਕ ਨੰਬਰ 24 ਹੈ। ਇੱਕ ਸੋਨੂੰ ਸੂਆ ਵੀਰ ਕਿੰਨਾ? ਸੂਆ ਦੂਜਾ ਸੂਈ ਸੰਧੂ ਸਾਹਿਬ ਜੀ, ਦੂਜਾ ਸੂਆ। ਹਾਂਜੀ, ਦੂਜਾ ਸੂਆ 10 ਦਿਨਾਂ ਦੀ ਸੂਈ 12 ਕਿਲੋ ਦੁੱਧ। ਆਹ ਬੱਚਾ ਮਗਰ ਕੱਟੀ? ਨਹੀਂ ਨਹੀਂ, ਇਹਦੀ ਕੱਟੀ ਆ। ਅੱਛਾ ਜੀ, ਆਹ ਕੱਟੀ। ਲਓ ਜੀ, ਆਹ ਮਗਰ ਕੱਟੀ ਆ। ਠੀਕ ਆ, 10 ਦਿਨਾਂ ਦੀ ਸੂਈ। ਇੱਧਰ ਕੱਢਣੀ ਕਿੱਧਰ? ਆਹ ਐਂ ਨੂੰ ਤੋੜਦੇ। ਹਾਂਜੀ, ਚਿੱਕੜ ਜਾ ਜੀ, ਝੋਟੀ ਚੰਗੀ ਆ ਦੋਸਤੋ। ਠੀਕ ਆ, ਤੇ ਇੱਧਰ ਨੂੰ ਤੋੜ ਲੈਣਾ ਸੀ ਤੁਹਾਨੂੰ ਵੀਰ। ਚੱਲ ਹੁਣ ਇੱਕ ਤੁਰ ਗਈ, ਹੁਣ ਉੱਧਰ ਤੋੜ। ਕੋਈ ਗੱਲ ਨਹੀਂ, ਇੱਧਰ ਨੂੰ ਤੋੜ ਦਿਆ ਜੀ, ਬਾਕੀ ਐਂ ਨੂੰ ਤੋੜ ਦਾਂਗੇ, ਕੋਈ ਗੱਲ ਨਹੀਂ। ਸੋ ਹਾਈਟ ਕੱਦ ਬਹੁਤ ਸੋਹਣਾ ਦੋਸਤੋ, ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਇਹਨੂੰ, ਹਾਈਟ ਕੱਦ ਜਿਹੜਾ ਮੀਡੀਅਮ ਅਕਾਊਂਟ ਕਰ ਲਿਓ। ਸਿੰਗੀ ਸੁੰਗੀ ਬਹੁਤ ਪਿਆਰੀ ਆ, ਵਜਨ ਵਜਨ ਪੂਰਾ। ਠੀਕ ਆ ਜੀ, ਅਤੇ ਵੇਲ ਵੀ ਚੰਗੀ ਹੈ ਮੱਝ ਦੀ। ਆ ਠੀਕ ਆ, ਸੋ 12 ਕਿਲੋ ਦੋਸਤੋ ਦੁੱਧ ਜਿਹੜੇ ਤੇ ਥੱਲੇ ਅੱਛਾ, ਛੀਕ ਦੇ ਦੰਦ ਕੱਢੇ ਨਾ? ਹਾਂਜੀ ਹਾਂਜੀ,
ਬਾਕੀ ਚੌਗੀ ਦੋਸਤੋ ਜਿਹੜੀ ਦੁੰਦੀ ਚੌਗੀ ਹੈਗੀ ਝੋਟੀ, ਠੀਕ ਹੈ। ਸੋ ਥਾਣ ਥੂਣ ਬਹੁਤ ਜ਼ਿਆਦਾ ਸੋਹਣਾ ਕੁਆਲਿਟੀ ਵਾਲਾ ਥਾਣਾ ਸੰਧੂ ਸਾਹਿਬ, ਚੌਂ ਪੰਜਾਂ ਦਿਨਾਂ ਦੀ ਸੂਈ ਪੂਰੀ ਠੰਡੀ। ਹਾਂ ਪੁੱਤਰ ਉਹਦੇ ਸਾਈਡ ਮੇ ਹੋ ਜਾ। ਅੱਛਾ ਜੀ। ਹਾਂ ਅਤੇ ਅੱਛਾ ਸੋਨੂੰ ਵੀਰ ਮਗਰ ਬੱਚਾ ਜਿਹਦੇ ਕੱਟੀ ਮਗਰ ਕੱਟੀ ਸੰਧੂ ਸਾਹਿਬ ਦੀ ਮੁੱਲ ਸੰਧੂ ਸਾਹਿਬ 80 ਕਰੋੜ 82 ਕਰੋੜ 76 ਹਜ਼ਾਰ ਰੁਪਏ ਦੀ 76 ਹਜ਼ਾਰ ਦੀ। ਹਾਂਜੀ ਜੈਸ ਨੂੰ ਲਓ ਜੀ 76 ਹਜ਼ਾਰ ਦੀ ਹਾਂ ਨਾ ਜਿਹੜੀ ਹੋਊਗੀ, ਠੀਕ ਹੈ। ਸੋ ਝੋਟੀ ਚੰਗੀ ਹੈ, ਬਹੁਤ ਸੋਹਣੀ ਹੈ, ਸਾਫ਼ ਸੁਥਰੀ ਆ, ਲੇਵੇ ਲੂਵੇ ਦੀ ਬੜੀ ਕਮਾਲ ਆ। ਅੱਛਾ ਹੁਣ ਬੋਲਾ ਕੋਈ ਕੱਚਾ ਬੋਲਾ ਜਾਂ ਬੋਲਾ ਮੰਨ ਨਹੀਂ ਸੰਧੂ ਸਾਹਿਬ ਤੁਸੀਂ ਦੁੱਧ ਹੀ ਮੰਨੋ, 9 ਕਿਲੋ ਪੱਕਾ ਦੁੱਧ ਇਸ ਟਾਈਮ ਤਿਆਰ ਜਿਹੜਾ ਇੱਥੇ 9 ਕਿਲੋ। ਹਾਂ ਠੀਕ ਹੈ, ਬੋਲੇ 'ਚ ਕੋਈ ਮੇਵ ਨਹੀਂ ਹੈਗੀ, ਆਪਾਂ ਝੂਠ ਬੋਲ ਕੇ 9 ਦਾ ਵੀ ਸੁਣ ਵੀ ਰਹੇ ਨਹੀਂ ਹੁੰਦਾ ਵੀ ਮੈਂ ਕਿਹਾ ਜੇ 7 ਨਿਕਲੇ ਤਾਂ ਵੀ ਆਪਾਂ ਜ਼ਿੰਮੇਵਾਰ ਆ। ਠੀਕ ਹੈ ਜੀ। ਹਾਂ ਲਓ ਜੀ 9 ਕਿਲੋ ਦੁੱਧ ਆ ਦੋਸਤੋ, ਅਤੇ 9 ਕਿਲੋ ਦੀ ਚਵਾਈ ਆ, ਤਸੱਲੀ ਨਾਲ ਤੁਸੀਂ ਕਰ ਲਿਓ, ਠੀਕ ਆ। ਚਵਾਈ ਇੱਕ ਨੰਬਰ, ਮੈਂ ਝੋਟੀ ਸੀਲ ਨਾ ਹੋਵੇ ਜਾਂ ਕੋਈ ਥਾਂ ਥਾਂ ਕਰਦੀ ਉਸ ਚੀਜ਼ ਦੇ ਜ਼ਿੰਮੇਵਾਰ ਹੋਵਾਂਗੇ। ਠੀਕ ਆ, ਮੁੱਠੀ ਥਾਂ ਬਹੁਤ ਸੋਹਣੀ ਸਪੇਸ ਆ ਥਾਂ ਦੀ, ਤੇ ਝੋਟੀ ਪਹਿਲਣਾ ਕਾਫੀ ਸੋਹਣੀ ਆ, ਸ਼ਕੀਨ ਆ। ਇਸ ਤੋਂ ਬਾਅਦ ਤੀਜੇ ਨੰਬਰ ਤੇ ਇੱਕ ਤੁਹਾਨੂੰ ਤੀਜਾ ਸੂਆ ਸੰਧੂ ਸਾਹਿਬ ਸੂਈ, ਤੀਜਾ ਹੀ ਸੂਆ ਤੀਜੇ ਨੰਬਰ ਤੇ, ਤੀਜੇ ਨੰਬਰ ਤੇ 9 ਤੋਂ 10 ਦਿਨਾਂ ਦੀ ਸੂਈ, 9 10 ਦਿਨਾਂ ਦੀ ਸੂਈ। ਹਾਂਜੀ ਬੱਚਾ ਮਗਰ 10 ਕਿਲੋ ਦੁੱਧ ਇਹਨੇ ਮਗਰ ਕੱਟਾ ਆਪ ਬੈਠਾ। ਲਓ ਜੀ ਮਗਰ ਕੱਟਾ ਹੈ, 9 10 ਦਿਨਾਂ ਦੀ ਸੂਈ ਆ, ਮਗਰ ਕੱਟਾ ਮੇਲ ਕਾਫ, ਆਹ ਦੇਖੋ ਐਕਟਿਵ ਬੱਚਾ ਪੂਰਾ, ਠੀਕ ਆ ਜੀ, ਤੰਦਰੁਸਤ ਬੱਚਾ ਮਗਰ, ਤੇ ਮਗਰ ਕੱਟਾ ਤੇ 8-9 ਦਿਨਾਂ ਦੀ ਸੂਈ ਆ, ਤੀਜਾ ਸੂਆ। ਤੇ ਦੁੱਧ ਹੁਣ ਕਿੰਨਾ ਕੁ? 10 ਕਿਲੋ ਸੰਧੂ ਸਾਹਿਬ ਪੂਰਾ। ਲਓ ਜੀ ਸੋ ਸੋਨੂੰ ਵੀਰੇ, ਮੰਨ ਲਓ ਕਿਸੇ ਪਸ਼ੂ ਦੀ ਕੋਈ ਚਵਾਈ ਦੇ ਵਿੱਚ ਕੋਈ ਨੀਕੀ ਹੋਇਆ, ਕਿਸੇ ਦੇ ਭੂਰ ਛਟਾਇਆ ਜਿੰਦੇ ਹੋਇਆ ਉਹ ਨੀਕੀ ਦੱਸਾਂਗੇ, ਜ਼ਰੂਰ ਦੱਸ ਦਿਓ। ਹੈ ਤੇ ਸੂਆ ਦੋਸਤੋ ਤੀਜਾ ਸੂਈ ਆ, ਚੌੜੇ ਪਿੱਠ ਪੁੜੇ ਦੀ ਆ, ਬਾਕੀ ਰਾਜੀ ਆ ਵਜਨ ਵਾਲੀ ਆ, ਠੀਕ ਆ। ਤੇ 10 ਕਿਲੋ ਧਾਰਾਂ ਬਿਲਕੁਲ ਇਹਦੇ ਥੱਲੇ ਮੌਜੂਦ ਆ, 9 ਦਿਨਾਂ ਦੀ ਬਿਲਕੁਲ ਜਿਹੜਾ ਸੂਆ ਹੈਗਾ, 9 ਦਿਨਾਂ ਦੀ ਜਿਹੜੀ ਸੂਈ ਆ, ਠੀਕ ਆ। ਲਓ ਜੀ ਠੀਕ ਆ, ਬਾਕੀ ਹਵਾਨਾ ਲੇਵਾ ਜਿਹੜਾ ਦੋਸਤੋ ਪਸ਼ੂ ਪੱਧਰ ਦਿਖਾਉਂਦਾ, ਉਹਨੂੰ ਪੱਧਰ ਕਿਹਾ ਜਾਊਗਾ। ਜੇ ਕੋਈ ਵਾਲ ਵਹਿੰਗਾ ਹੋਇਆ, ਕੋਈ 22 ਸਾਈਜ਼ ਦਾ ਕੰਮ ਹੋਇਆ, ਬਿਲਕੁਲ ਇੱਕ ਸਾਰ ਲੇਵਾ, 10 ਕਿਲੋ ਦੁੱਧ ਖੁੱਲਾ ਦੁੱਧ ਚੱਡਾ, 10 ਕਿਲੋ ਖੁੱਲਾ ਦੁੱਧ। ਹਾਂਜੀ, ਤੇ ਚੋ ਕੇ ਪਸਮਾ ਕੇ ਤਸੱਲੀ ਤੁਸੀਂ ਕਰ ਲਿਓ, ਤਸੱਲੀ ਕਰੋ, ਪਸ਼ੂ ਵਾਧੂ ਆ, ਐਵਰੀ ਟਾਈਮ ਜਿਹੜੇ 8-10 ਪਸ਼ੂ ਇੱਥੇ ਹੁੰਦੇ ਆ। ਤੇ ਸੋਨੂੰ ਕਿੰਨਾ ਵੀਰੇ ਦਾ ਮੁੱਲ? ਮੁੱਲ ਵੀਰ ਜੀ 80 ਕਰਾ ਲਓ, 82 ਕਰਾ ਲਓ, ਹਾਂਜੀ 76 ਹਜ਼ਾਰ ਰੁਪਏ ਦੀ ਵੀ ਦੇ ਦਾਂਗੇ। 76 ਦੀ? ਹਾਂਜੀ, ਛੋਟ ਹੀ ਕਰਨੀ 200 ਰੁਪਏ, 76 ਚੋਂ। ਹਾਂ 200 ਰੁਪਏ। ਲਓ ਜੀ 76 ਹਜ਼ਾਰ ਦੇ ਵਿੱਚੋਂ ਛੋਟ ਹੀ ਹੋਊਗੀ ਦੋਸਤੋ। ਮੈਂ 80-82 ਦੀ ਸੰਧੂ ਸਾਹਿਬ ਵੇਖਦੀ ਹੈ। ਹਾਂਜੀ ਮੈਂ 80-82 ਦੀ ਵੇਖਦੀ, ਆਪਾਂ ਨੂੰ ਭਾਣਾ ਮਿਲੀ ਭਾਣੇ ਦੇ। ਠੀਕ ਹੈ ਜੀ, ਬਾਕੀ ਥਣ ਭਾਂਡਾ ਬਹੁਤ ਸੋਹਣਾ। ਹਾਂਜੀ ਪਤਲੇ ਪਿੰਡ ਦੀ ਆ। ਅੱਗੇ ਦੋਸਤੋ ਚੌਥੇ ਨੰਬਰ ਤੇ ਦੂਜਾ ਸੂਆ ਝੋਟੀ ਸੰਧੂ ਸਾਹਿਬ ਸੂਈ, 10 ਕਿਲੋ ਦੁੱਧ, 10 ਕਿਲੋ। ਹਾਂ 6-7 ਦਿਨ ਹੋ ਗਏ ਸੂਈ ਨੂੰ ਮਗਰ ਕਟਾਈ। ਲਓ ਜੀ ਮਗਰ ਇਹਦੇ ਵੀ ਕੱਟਾ। ਹਾਂਜੀ ਠੀਕ ਹੈ ਜੀ, 6-7 ਦਿਨ ਹੋ ਗਿਆ ਸੂਈ ਨੂੰ, 10 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ। ਦੂਜਾ ਤੋਲ ਵਾਲਾ, ਠੀਕ ਆ, ਦੂਜਾ ਸੂਆ ਤੋਲ ਵਾਲਾ ਦੁੱਧ ਆ। ਤੇ ਕੋਈ ਮੇਰਾ ਵੀਰ, ਕਿਉਂਕਿ ਵੈਰੀਫਾਈ ਤੁਸੀਂ ਕਰਨਾ ਜਿੰਨਾ ਦੁੱਧ ਕਿਹਾ ਜਾਂਦਾ, ਚਾਹੇ ਸੋਨੂੰ ਵੀਰ ਦੁਬਾਰਾ, ਕਿਉਂਕਿ ਉਹਨਾਂ ਨੇ ਚਵਾਈਆਂ ਕੀਤੀਆਂ ਨੇ, ਉਸ ਬਿਹਾਵ ਤੇ ਜਿਹੜਾ ਦੋਸਤੋ ਬਿਲਕੁਲ ਦੁੱਧ ਤੁਹਾਨੂੰ ਨੋਟ ਜਿਹੜਾ ਅਕਾਊਂਟ ਕਰਵਾਇਆ ਜਾਂਦਾ, ਠੀਕ ਆ। ਉਸ ਤੋਂ ਬਾਅਦ ਕੋਈ ਆਵੇ ਆਪਦੀ ਨਰਖ ਪਰਖ ਕਰੇ, ਤਸੱਲੀ ਕਰੇ, ਠੀਕ ਆ। ਅਤੇ ਸੋਹਣੀ ਹਾਈਟ ਆ, ਜ਼ਿਆਦਾਤਰ ਜਿਹੜੇ ਪਸ਼ੂ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ, ਅਤੇ ਤੁਸੀਂ ਇਸ ਨੂੰ ਵੀ ਮੀਡੀਅਮ ਹਾਈਟ ਦੇ ਵਿੱਚ ਅਕਾਊਂਟ ਕਰ ਲਿਓ, ਠੀਕ ਆ। ਅਤੇ ਸੋਹਣੀ ਵੇਲ ਵੂਲ ਵੀ ਚੰਗੀ ਆ, ਲੰਬਾਈ ਲੰਬਾਈ ਮੈਂ ਇਹਦੀ ਪੂਰੀ ਆ, ਅਤੇ ਮਗਰ ਮੇਲ ਕਾਫ ਆਹ ਤੁਸੀਂ ਦੇਖ ਲਓ, ਠੀਕ ਆ ਜੀ, ਬੱਚਾ ਜਿਹੜਾ ਆਹ ਮੇਲ ਕਾਫ। ਸੋ ਥਣ ਜਿਹੜਾ ਕਾਫੀ ਸੋਹਣਾ ਹੈ, ਵਿਖਾਲਾ ਵਖੂਲਾ ਕਾਫੀ ਸੋਹਣਾ, ਠੀਕ ਆ ਜੀ। ਥਣ ਥੁਣ ਪੂਰੇ ਮੁੱਠੀ ਵਾਲੇ ਆ, ਬਿਲਕੁਲ ਪਤਲੇ ਪੂਣੀਆਂ ਵਰਗੇ ਥਣ ਨੇ, ਸਪੇਸ ਕੋਈ 4-4-5-5 ਇੰਚ ਜਿਹੜੀ ਆ ਸਪੇਸ ਆ ਮੱਝ ਦੇ ਥਣਾਂ ਦੇ ਵਿੱਚ। ਤੇ ਸੋਨੂੰ ਵੀਰ ਕਿੱਥੋਂ ਤੱਕ ਇਹ ਲੈਣ ਦੇ? ਮੁੱਲ ਕਰਾ ਲਓ 85 ਕਰਾ ਲਓ, 90 ਕਰਾ ਲਓ ਜੀ, 80 ਹਜ਼ਾਰ ਰੁਪਏ ਪੂਰੇ ਦਿਆਂਗੇ। 80 ਹਜ਼ਾਰ ਦੀ? ਹਾਂਜੀ।
ਆਪਣੇ ਆਪਣੀ ਗਰੰਟੀ ਹੋ ਜਿੰਨਾ ਦੁੱਧ ਦੱਸਾਂਗੇ ਠੀਕ ਹੈ ਜੀ ਇਹ ਜਿਹੜੀ ਮੱਝ ਕਿੰਨੇ 76-77 ਦੀ ਕਿੰਨੇ ਦੀ ਇਹ 80,000 ਦੀ ਪੂਰੀ ਸੰਸਾ 80 ਪੂਰੇ ਦੀ ਹਾਂਜੀ ਲਓ ਜੀ 80,000 ਪੂਰੇ ਦੀ ਆ ਚੌਥਾ ਨੰਬਰ ਸੀਗਾ ਠੀਕ ਆ ਸੋ ਅਗਲੇ ਪੰਜਵੇਂ ਨੰਬਰ ਤੇ ਆਪਾਂ ਤੁਹਾਨੂੰ ਅਗਲਾ ਵੀ ਦਿਖਾਉਣੇ ਆ ਮਹੀਨੇ ਡੇਢ ਦੀ ਸੂਈ ਹੀ ਹੈ ਅੱਛਾ ਮਹੀਨੇ ਡੇਢ ਦੀ ਹਾਂ 9 ਕਿਲੋ ਦੁੱਧ ਸਹੀ ਮੈਂ ਥੱਲੇ ਮਹੀਨੇ ਡੇਢ ਦੀ ਸੂਈ ਹੈ 10 ਕਿਲੋ ਨਹੀਂ ਜੀ 9 ਕਿਲੋ 9 ਕਿਲੋ ਸੂਆ ਸੂਆ ਜੀ ਉਹ ਕੱਟੀ ਮਗਰ ਕੋਈ ਮਹੀਨੇ ਦੀ ਲਾ ਲੈ ਕੋਈ ਡੇਢ ਦੀ ਲਾ ਲੈ ਕੋਈ ਦੋ ਦੀ ਵੀ ਲਾ ਲੈ ਕੋਈ ਫਰਕ ਨਹੀਂ ਆਪਾਂ ਜ਼ਰੂਰ ਕੱਟੀ ਦੋਸਤੋ ਇਹਦੀ ਦਿਖਾ ਦਾਂਗੇ ਸੂਆ ਦੂਜਾ ਠੀਕ ਆ ਮਹੀਨੇ ਦੀ ਡੇਢ ਮਹੀਨੇ ਦੀ ਤੁਸੀਂ ਲਾ ਲਿਓ ਜੇ ਮਗਰ ਕੱਟੀ ਆ ਬੱਚਾ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ 9 ਕਿਲੋ ਧਾਰਾਂ ਇਹਦੇ ਥੱਲੇ ਮੌਜੂਦ ਆ 2 ਡੰਗ ਚੋ ਕੇ ਕੋਈ ਤਸੱਲੀ ਕਰਦੇ ਬਾਕੀ ਥਾਣ ਕੁਆਲਿਟੀ ਵਾਲਾ ਪੂਰਾ ਕਸਮੇ ਲੇਵੇ ਦੀ ਆ ਠੀਕ ਆ ਅਤੇ ਡੇਢ ਤੋਂ ਡੇਢ ਮਹੀਨਾ ਵੀ ਹੋ ਸਕਦਾ ਮਹੀਨਾ ਵੀ ਹੋ ਸਕਦਾ ਬੱਚਾ ਜ਼ਰੂਰ ਦਿਖਾਵਾਂਗੇ ਤੁਹਾਨੂੰ ਮਗਰ ਕੱਟੀ ਆ ਫੀਮੇਲ ਕਾਫ ਆਹ ਦੇਖੋ ਜੀ ਠੰਡੀ ਪੂਰੀ ਦੁੱਧ ਵੀ 9 ਕਿਲੋ ਪੱਕਾ ਗੱਲਾਂ ਦਾ ਦੁੱਧ ਹੈ ਮਹੀਨੇ ਦੀ ਲਾ ਲੇ ਡੋਢ ਦੀ ਲਾ ਲੇ ਕੋਈ ਦੋ ਦੀ ਲਾ ਲੇ ਅਗਲਾ ਦਾ ਹਿਸਾਬ ਲਾ ਲੇ ਠੀਕ ਹੈ ਜੀ ਆਹ ਲਓ ਜੀ ਬਿਲਕੁਲ ਤੁਹਾਡੇ ਸਾਹਮਣੇ ਸਿੰਘ ਮਾੜਾ ਮਾੜਾ ਵਿੱਚੋਂ ਨਿਕਲਿਆ ਜੇ ਬਣ ਸਕਦੇ ਠੀਕ ਹੈ ਥੋੜਾ ਥੋੜਾ ਸਿੰਘ ਤੇ ਇਹ ਕੱਟੀ ਆ ਉਸ ਮਹਿ ਦੇ ਥੱਲੇ 63,000 ਦੀ ਜਿਹੜੀ ਲੈਣ ਦੇਣਾ ਠੀਕ ਆ 63,000 9 ਕਿਲੋ ਦੁੱਧ ਉਹਦੇ ਥੱਲੇ ਮੌਜੂਦ ਆ ਜੀ ਸੋ ਇਸ ਤੋਂ ਬਾਅਦ ਅੱਗੇ ਸਭ ਤੋਂ ਤੁਹਾਨੂੰ 6ਵੇਂ ਨੰਬਰ ਤੇ ਦਿਖਾਉਣੇ ਆ ਦਸਾਂ ਦਿਨਾਂ ਦੀ ਛੋਟੀ ਸੋਈ 12 ਕਿਲੋ ਦੁੱਧ ਤੋਲ ਵਾਲਾ ਦਸਾਂ ਦਿਨਾਂ ਦੀ ਹਾਂ 12 ਕਿਲੋ ਦੁੱਧ ਪੂਰਾ ਨੈੱਟ ਝੁੱਟ ਦੂਜਾ ਸੂਆ ਸੂਆ ਦੂਜਾ ਕਿੱਥੇ ਦੂਜਾ ਦੂਜਾ ਜੀ ਅੱਛਾ ਜੀ ਹਾਂਜੀ ਲਓ ਜੀ ਦੂਜਾ ਸੂਆ ਦੋਸਤੋ ਨੈੱਟ ਜਿਹੜਾ ਦੁੱਧ ਕਿੰਨਾ 12 ਕਿਲੋ 12 ਕਿਲੋ ਪੂਰਾ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ 10 ਲਾ ਲਓ 11 ਲਾ ਲਓ ਉਹ ਬੱਚਾ ਆ ਜਾਂਦਾ ਅੱਛਾ ਜੀ 10 11 ਦਿਨਾਂ ਦੀ ਸੂਈ ਹੈ ਮਗਰ ਕੱਟਾ ਇਹਦੇ ਮਗਰ ਕੱਟਾ ਜੀ ਲਓ ਜੀ ਮੇਲ ਕਾਫ ਆ 10 11 ਦਿਨਾਂ ਦੀ ਸੂਈ ਆ ਠੀਕ ਹੈ ਜੀ ਅਤੇ ਦੁੱਧ ਵੀ ਤਕਰੀਬਨ ਇੰਨਾ ਹੀ ਆ ਜਾਣਾ ਥੱਲੇ ਆਹ ਕਰੋ ਚੈੱਕ ਸੋ ਭਾਰੇ ਪਿੰਡੇ ਦੀ ਆ ਦੋਸਤੋ ਵਜਨ ਵੁਜਨ ਪੂਰਾ ਮੈਂ ਇਹਦਾ ਅਤੇ ਆਹ ਵੇਖ ਲਓ ਤਸੱਲੀ ਦੇ ਨਾਲ ਠੀਕ ਆ ਜੀ ਹਾਂ ਤੋਰ ਲਓ ਜੀ ਲਓ ਵੀ ਸੋ ਸੂਹਾ ਦੋ ਦੂਜਾ ਦੋਸਤੋ 11 ਕੁ ਦਿਨਾਂ ਦੀ ਸੂਈ ਆ ਇਹ ਮੱਝ ਮਗਰ ਦੇ ਮੇਲ ਕਾਫ ਆ ਅਤੇ ਦੋ ਧਾਰਾਂ ਵੀ ਬਿਲਕੁਲ 10 ਕਿਲੋ ਆ ਜਾਣ ਜੀ ਸੰਤੂ ਸਾਹਿਬ 11 ਕਿਲੋ ਦੁੱਧ ਹੋਵੇ ਮੈਂ ਤੇ ਜੇ ਘੱਟ ਹੋਵੇ ਤਾਂ ਆਪਾਂ ਤੇਲ ਖਰਚਾ ਕੇ ਲੈਂਦੇ ਆਵਾਂਗੇ ਠੀਕ ਹੈ ਦੁੱਧ 12 ਕਿਲੋ ਆਪਾਂ ਸੌਦਾ 11 ਦਾ ਕਰਨਾ ਵੀ ਲਓ ਦੋਸਤੋ ਇਕੱਲੀ ਕਹਿਣ ਵਾਲੀ ਗੱਲ ਨਹੀਂ ਹੈਗੀ ਵੀ ਜਿੰਨਾ ਦੱਸਿਆ ਜਾ ਰਿਹਾ ਉਹਨਾਂ ਦੁੱਧ ਤੁਸੀਂ ਚਵਾਈ ਕਰੂਗਾ ਕੋਈ ਵੀਰ ਪੂਰਾ ਦੁੱਧ ਵੀ ਉਹਨਾਂ ਨਿਕਲੂਗਾ ਠੀਕ ਆ ਅਤੇ ਰੇਟ ਪੜਤਾ ਬਿਲਕੁਲ ਨਾਲ ਨਾਲ ਕੱਲੇ ਕੱਲੇ ਪਸ਼ੂ ਤਾਂ ਦੱਸੀ ਜਾ ਰਹੇ ਹਾਂ ਸੰਤੂ ਸਾਹਿਬ ਮੁੱਲ ਕਰਾ ਲਓ 90 ਕਰਾ ਲਓ 85 ਕਰਾ ਲਓ 82,000 ਰੁਪਏ ਜੀ 82 ਦੀ ਹਾਂਜੀ ਉਹਦੇ 'ਚ ਮਾਨਤਾ ਹੋਊਗਾ ਵੀਰ ਦਾ ਲਓ ਜੀ 82,000 ਦੀ ਦੋਸਤੋ ਤੁਹਾਨੂੰ ਇਹ ਝੋਟੀ ਮਿਲ ਜੂਗੀ ਦੂਜਾ ਸੂਆ ਇਹ ਸੂਈ ਆ ਬੱਚਾ ਇੱਕ ਵਾਰੀ ਮੈਂ ਤੁਹਾਨੂੰ ਮੋਟੇ ਤੌਰ 'ਤੇ ਦਿਖਾ ਦਿੰਦਾ ਜੀ ਠੀਕ ਆ ਅਤੇ ਉਹ ਪਰਲੇ ਪਾਸੇ ਹਾਂਜੀ ਪਰਲੇ ਪਾਸੇ ਆਹ ਕਟਾ ਚਿੱਟਾ ਫੁੱਲ ਜਿਹਦੇ ਮੱਥੇ ਹਾਂਜੀ ਚਿੱਟਾ ਫੁੱਲ ਲਓ ਜੀ ਇਹ ਬੱਚਾ ਠੀਕ ਆ 11 ਦਿਨਾਂ ਦੀ ਸੂਈ ਆ
ਸੋ ਬੱਚੇ ਦੇ ਦੰਦ ਵੀ ਜਿਹੜੇ ਦੋਸਤੋ ਅੱਗੇ ਪ੍ਰੋਪਰ ਤੇ ਇਹ ਅੱਗੇ ਦਾਣਾ ਪਾ ਲਓ ਥੋੜਾ ਦੋਨੋਂ ਮਿਲਾ ਕੇ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਕ੍ਰਾਸ ਨੀਲੀ ਦੇ ਵਿੱਚ ਆ ਜਾਂਦਾ ਮਗਰ ਕੱਟਾ ਮੇਲ ਕਾਪ ਸੰਧੂ ਸਾਹਿਬ ਦੂਜਾ ਸੁਬਾ ਝੋਟੀ ਸੂਈ ਅੱਛਾ ਜੀ ਅੱਠਾਂ ਤੋਂ ਨੌਵਾਂ ਦਿਨਾਂ ਦੀ ਸੂਈ 9 ਕਿਲੋ ਦੁੱਧ ਸਹੀ ਜਿਹੜਾ ਆਹ ਬੱਚਾ ਜਾਂਦਾ ਨਾਲ ਬੱਚਾ ਵਿਖਾ ਦਿਓ ਪਹਿਲਾਂ ਠੀਕ ਹੈ ਜੀ ਅੱਠਾਂ ਨੌਵਾਂ ਦਿਨਾਂ ਦੀ ਹਾਂ ਦਸਾਂ ਦੀ ਲਾ ਲੈ ਕੋਈ ਵੀਰ ਇੱਕ ਦੋ ਦਿਨਾਂ ਦਾ ਕੋਈ ਫਰਕ ਨਹੀਂ ਪੈਂਦਾ ਲਓ ਜੀ ਅੱਠਾਂ ਨੌਵਾਂ ਦਿਨਾਂ ਦੀ ਦੋਸਤੋ ਜਿਹੜੀ ਲਾਸਟ ਵਿੱਚ ਆਪਾਂ ਤੁਹਾਨੂੰ 7ਵੇਂ ਨੰਬਰ ਤੇ ਦਿਖਾ ਰਹੇ ਆ ਇਹ ਝੋਟੀ ਸੁਬਾ ਦੂਜਾ ਸੁਬਾ 9 ਕਿਲੋ ਦੁੱਧ ਨੌ ਕਿਲੋ ਦੁੱਧ ਜੀ 9 ਕਿਲੋ ਹਾਂਜੀ ਹਾਂ ਯਾਰ ਬਿਲਕੁਲ ਹਾਂ ਜਿਹੜਾ ਸਹੀ ਦੁੱਧ ਹੈ ਲਓ ਵੀ ਥਣ ਥਣ ਮਾੜੇ ਇਧਰ ਵਿਖਾਉਣੇ ਦੇਖੋ ਤੇ ਮੈਂ ਵੀ ਥਣ ਥਣ ਵੇਖੋ ਤਸੱਲੀ ਚਵਾਈ 1 ਨੰਬਰ ਸੰਧੂ ਸਾਹਿਬ ਸੀਲ ਠੰਡੀ ਪੂਰੀ ਲੈ ਵੀ ਐ ਪੋਲੀ ਪੂਰੀ ਮੈਂ ਕਿਹਾ ਸੰਧੂ ਸਾਹਿਬ ਭਾਵੇਂ ਜਵਾਕ ਝੋਲੇ ਲਓ ਵੀ ਥਣ ਬਹੁਤ ਪਸੰਦੀਦਾਰ ਆ ਦੋਸਤੋ ਠੀਕ ਆ ਲੰਬਾਈ ਦੇ ਵਿੱਚ ਪੂਰਾ ਮੁੱਠੀ ਮੁੱਠੀ ਥਣ ਰੁਕ ਰੁਕ ਥਣ ਆਪਾਂ ਕਹਿ ਦਿੰਦੇ ਆ ਤੇ ਪੂਰੀ ਨਿੱਗਰ ਝੋਟੀ ਆ ਸਿੰਘਾਂ ਸੁੰਘਾਂ ਦੀ ਜਮ੍ਹਾਂ ਜਿਹੜੀ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਸ਼ਾਹੀ ਸ਼ੂਈ ਪੂਰੀ ਆ ਸੋ ਇੱਕੋ ਜਿਹਾ ਥਾਣਾ ਦੋਸਤੋ ਸਾਈਜ਼ ਵਿੱਚ ਗੱਲ ਕਰ ਲਈਏ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚਵਾਈ ਵੀ ਤੁਸੀਂ ਬੇਸ਼ੱਕ ਇਸੇ ਤਰੀਕੇ ਨਾਲ ਪਾ ਲਓ ਪੁੱਤਰ ਵਿੱਚ ਰਾੜੀ ਖੋਲ ਲਓ ਕਟਾ ਇਹ ਤੇ ਮਗਰ ਵੀ ਮੇਲ ਕਾਪ ਹਾਂਜੀ ਕੱਟਾ ਜਾਂਦੇ ਮਗਰ ਵੀ ਕੱਟਾ ਸੀ ਆ ਜਾ ਆ ਲਓ ਜੀ ਝੋਟੀ ਦੋਸਤੋ ਇਹ ਵੀ ਚੰਗੀ ਆ ਠੀਕ ਆ ਸੋ ਅੱਗੋਂ ਸੇਵਾ ਜਿਹੜੀ ਆ ਦੋਸਤੋ ਜਿਹੜਾ ਵੀਰ ਲੈ ਕੇ ਜਾਊਗਾ ਸੇਵਾ ਤਾਂ ਕਰਿਆ ਜਿਹੜਾ ਗੱਲ ਬਣਨੀ ਆ ਠੀਕ ਆ ਦੁੱਧ ਜਿੰਨਾ ਜਿੰਨਾ ਤੁਹਾਨੂੰ ਕਿਹਾ ਉਹਨਾਂ ਨਾਲ ਤੁਸੀਂ ਚੋ ਕੇ ਲੈ ਜਾਓ ਅੱਗੇ ਵਧਾਉਣਾ ਘਟਾਉਣਾ ਉਹ ਹਰ ਇੱਕ ਭੈਣ ਭਰਾ ਦੇ ਆਪਦੇ ਤੁਹਾਡੀ ਜਿਹੜੀ ਆ ਦੋਸਤੋ ਹੱਥਾਂ ਦੀ ਖੇਡ ਆ ਤੁਹਾਡੀ ਮਿਹਨਤ ਆ ਠੀਕ ਆ ਚੰਗੀ ਮਿਹਨਤ ਕਰ ਲਓਗੇ ਤਾਂ ਕੋਈ ਕਿਲੋ ਖੰਡ ਵਧਾ ਲਓਗੇ ਕੋਈ ਫਰਕ ਪੈ ਜਾਂਦਾ ਦੋਸਤੋ ਕੋਈ ਥੋੜ੍ਹੀ ਦੇਰ ਮਾੜੀ ਧੱਕ ਅੱਗੇ ਰੱਖਦੀ ਹਾਂ ਧੱਕ ਥੋੜ੍ਹੀ ਗਾਂ ਦੁੱਧ 9 ਕਿਲੋ ਚਵਾਈ 1 ਨੰਬਰ ਆਈ ਠੀਕ ਹੈ ਜੀ ਹਾਂਜੀ ਲਓ ਜੀ ਸੋ ਦੋਸਤੋ ਇਹ ਪਸ਼ੂ ਸੀਗੇ ਬਿਲਕੁਲ ਇਕੱਲੇ ਇਕੱਲੇ ਪਸ਼ੂ ਦੀ ਜਾਣਕਾਰੀ ਆਪਾਂ ਤੁਹਾਨੂੰ ਦੇਤੀ ਆ ਠੀਕ ਆ ਹਾਂ ਸੋਨੂੰ ਭਾਈ ਮੁੱਲ ਦੱਸ ਦੇ ਦਾ ਮੁੱਲ ਇਹਦਾ 75 ਕਰਾ ਲਓ ਇਹ 72,020 ਦੀ ਆ ਇਸ ਨੂੰ 72 ਦੀ ਹਾਂਜੀ ਵੀ ਹਾਂ ਨਾ ਹਾਂ ਨਾ ਹਾਂਜੀ ਲਓ ਜੀ ਹਾਂ 72,000 ਦੋਸਤੋ ਬਾਕੀ 70-72,000 ਤੋਂ ਮੁੱਲ ਸਟਾਰਟ ਹਾਂਜੀ 76-67-63,000 ਵਾਲੀ ਵੀ ਮੱਝ ਤੁਹਾਨੂੰ ਦਿਖਾਤੀ ਆ ਤੇ 80-82-85 ਇਹ ਘਰ ਵਾਲੇ ਪਸ਼ੂ ਵੀ ਹੈਗੇ ਆ ਠੀਕ ਆ ਰੇਟ ਦੋਸਤੋ 10-11 ਕਿਲੋ ਦੁੱਧ ਵੀ ਹਾਂ ਯਾਰ ਰੇਟ ਵੀ ਬਿਲਕੁਲ ਤੁਹਾਨੂੰ 63,000 ਤੋਂ ਲੈ ਕੇ ਤਕਰੀਬਨ 80-82 ਐਂਡ ਤੱਕ ਜਿਹੜੀ ਮੱਝ ਆਪਣੇ ਕੋਲ ਕਿੰਨੇ ਵਾਲੀ ਹਾਜ਼ਰ ਸੀ ਹੁਣ ਇਸ ਟਾਈਮ ਜੀ ਹਾਂਜੀ ਆਪਣੇ ਕੋਲ 87,000 ਤੱਕ 87,000 ਹਾਂਜੀ 63,000 ਵਾਲੀ ਵੀ ਹੈਗੀ ਸੀ ਹਾਂਜੀ ਆ 63,000 ਤੋਂ ਵੀ ਲੈ ਕੇ ਦੋਸਤੋ 72,000 ਵਾਲੀ ਵੀ ਹੈਗੀ ਆਪਣੇ ਕੋਲ 86,000 ਤੱਕ ਜਿਹੜੀ ਹਾਂ ਚੰਗੀਆਂ ਝੋਟੀਆਂ ਸਾਰੀਆਂ ਦੁੱਧ ਵਾਲੀਆਂ ਸਨ ਮੌਜੂਦ ਹਾਂਜੀ ਠੀਕ ਆ ਸੋਨੂੰ ਵੀਰੇ ਪਸ਼ੂ ਅੱਜ ਇਹੋ ਸੀ ਆਪਣੇ ਕੋਲ ਹਾਂ 7 ਸੀ ਆਪਣੇ ਕੋਲ ਹੈਗੇ ਤੇ 9-10 ਨੇ 2 ਕੁ ਵਿਕੇ ਹੋ ਨਹੀਂ ਆਪਾਂ ਵੀਡੀਓ ਪਾਉਣੀ ਵਿਕ ਗਏ ਹਾਂਜੀ ਵਿਕੇ ਹੋਇਆ ਚਲੋ ਕੋਈ ਗੱਲ ਹਾਂਜੀ ਨੰਬਰ ਬੋਲ ਦਈਏ ਆਪਣੇ ਹਾਂ 99150 16213 98567 ਠੀਕ ਹੈ ਪਿੰਡ ਚੋਟੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂਜੀ ਲਓ ਭਰਾਵੋ ਇਹ ਨੰਬਰ ਆ ਵੀਰ ਸੋਨੂੰ ਤੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਕਰ ਦਿਆਂਗੇ ਨੰਬਰਾਂ ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਜੇ ਸੰਪਰਕ ਕਰ ਸਕਦੇ ਜੇ ਠੀਕ ਆ ਤੇ ਹੋਰ ਬਾਈ ਕੁਛ ਬਸ ਜੀ ਠੀਕ ਆ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ।